ਤੁਸੀਂ ਸਾਰੇ ਪੱਤਰਕਾਰ ਵੀਰ ਦੇ ਜੋ ਤੁਹਾਡੇ ਮੌਕੇ 'ਤੇ ਖੜ੍ਹੇ ਜੋ ਤੁਸੀਂ ਹਾਲਾਤ ਤਾਂ ਦਿਸ ਰਹੇ ਸਾਡੇ ਸਾਹਮਣੇ ਪਾਣੀ ਦੀ ਓਵਰਫਲੋ ਹੋਣਾ ਰਾਤ ਜਿਹੜਾ ਸੀ ਮੈਂ ਅਤੇ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਵਾਲੇ ਜਿਹੜੇ ਅਸੀਂ ਰਾਤ ਕਰੀਬ 2:30-3 ਵਜੇ ਇੱਥੇ ਗਏ ਔਰ ਜਦੋਂ ਸਾਡੇ ਬੱਸ ਨਹੀਂ ਚੱਲਿਆ ਕਿਉਂਕਿ ਸਿਰਫ ਮਾਰੀ ਦੇ ਸੇਵਾਦਾਰ ਸੀਗੇ ਸਾਡੇ ਨਾਲ ਕੁਛ ਹੋਰ ਸੰਗਤ ਸੀ ਪਿੰਡਾਂ ਦੀ ਲੇਕਿਨ ਅਲਟੀਮੇਟਲੀ ਪਾਣੀ ਦਾ ਜਦੋਂ ਵਹਾਅ ਜ਼ਿਆਦਾ ਹੋ ਗਿਆ ਅਤੇ ਬੰਦ ਜਿਹੜਾ ਸੀ ਬ੍ਰੇਕ ਹੋ ਗਿਆ ਅਸੀਂ ਰਾਤ ਦੀ ਰਾਤੀ ਸਾਰੀ ਐਡਮਿਨਿਸਟ੍ਰੇਸ਼ਨ ਵਿੱਚ ਕਨੈਕਟ ਕੀਤਾ ਹਰ ਚੀਜ਼ ਕੀਤਾ ਔਰ ਜਿਹੜਾ ਉਸਦੇ ਵਿੱਚ ਜਿਹੜਾ ਹੁਣ ਉਸ ਤੋਂ ਬਾਅਦ ਜੋ ਹਾਲਾਤ ਹੈ ਪਿੰਡਾਂ ਦੇ ਵਿੱਚ ਕੁਝ ਲੋਕ ਵਿੱਚ ਫਸੇ ਹੋਏ ਆ ਕੁਝ ਅਪੀਲ ਅਸੀਂ ਕਰ ਰਹੇ ਸੰਗਤਾਂ ਨੂੰ ਕਿ ਤੁਸੀਂ ਮਤਲਬ ਬੇੜੀਆਂ ਦੇ ਰਾਹੀਂ ਕਿਸੇ ਤਰੀਕੇ ਦੇ ਰਾਹੀਂ ਅਸੀਂ ਬਾਹਰ ਜਿਹੜਾ ਉਹਨਾਂ ਨੂੰ ਮੰਗਾ ਰਹੇ ਹੈਗੇ ਹਾਂ ਔਰ ਰਾਹਤ ਕੈਂਪ ਅਸੀਂ ਲਾਏ ਅਲੱਗ ਅਲੱਗ ਜਗ੍ਹਾ ਦੇ ਉੱਤੇ ਕਿਉਂਕਿ ਜੋ ਅੰਦਰ ਫਸੇ ਆ ਘਰਾਂ ਤੋਂ ਬਾਹਰ ਨਿਕਲ ਰਹੇ ਆ ਉਹਨਾਂ ਵਾਸਤੇ ਕੋਈ ਦਵਾਈਆਂ ਦੇ ਕੈਂਪ ਰਾਸ਼ਨ ਦਾ ਬੰਦੋਬਸਤ ਕੀਤਾ ਹੋਇਆ ਸਾਰਾ ਸੋ ਇਸ ਕਰਕੇ ਇਹ ਸਾਰਾ ਜਿੰਨਾ ਪੂਰੇ ਪੰਜਾਬ ਦੇ ਅੰਦਰ ਹੈ ਇਸ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੋ ਆਪ ਦੇਖ ਰਹੇ ਆ ਔਰ ਸਾਰੀ ਗੱਲ ਜਿਹੜੀ ਆ ਉਹਨਾਂ ਨੂੰ ਵੇਖ ਕੇ ਹਰ ਚੀਜ਼ ਦੇ ਉੱਤੇ ਹਰ ਚੀਜ਼ ਨਹੀਂ ਤੁਸੀਂ ਗੱਲ ਕੀਤੀ ਹੈ ਕਿ ਸੰਤ ਸੀਚੇਵਾਲ ਦੇ ਸੇਵਾਦਾਰਾਂ ਵੱਲੋਂ ਇਹਦੇ ਬੰਦ ਦੀ ਰਾਖੀ ਕੀਤੀ ਜਾ ਰਹੀ ਸੀ ਪਰ ਸਰਕਾਰ ਵੱਲੋਂ ਕਿਉਂ ਨਹੀਂ ਪ੍ਰਬੰਧ ਕੀਤਾ ਗਿਆ ਕਿਉਂਕਿ 2019 ਦੇ ਵਿੱਚ ਵੀ ਇਸੇ ਪਿੰਡ ਦੇ ਵਿੱਚ ਲਗਭਗ ਇਸੇ ਸਥਾਨ ਤੋਂ ਜਿਹੜੀ ਇਹ ਬੰਨ ਟੁੱਟਿਆ ਸੀ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਉਸ ਤੋਂ ਸਿੱਖਿਆ ਕਿਉਂ ਨਹੀਂ ਲਈ ਗਈ ਸਰਕਾਰ ਵੱਲੋਂ ਸਰਕਾਰ ਨੇ ਬਹੁਤ ਵਧੀਆ ਬਿਹਤਰ ਪ੍ਰਬੰਧ ਕੀਤੇ ਆ ਥੋੜ੍ਹੇ ਦਿਨ ਪਹਿਲਾਂ ਜਿਹੜਾ ਸੀ ਗਿੱਦੜ ਪਿੰਡ ਜਿਹੜੀ ਸੀਗੇ ਪਾਣੀ ਜਿਹੜਾ ਰੇਤਾ ਸੀ ਬਲੋਕੇਜ ਹੋਈ ਸੀਗੀ ਉਸਦੀ ਸਫਾਈ ਵੀ ਕਰਾਈ ਜੋ ਕਰ ਸਕਦੇ ਸੀਗੇ ਇਸ ਤੋਂ ਇਲਾਵਾ ਜਿਹੜਾ ਸੀਗਾ ਅਸੀਂ ਡਿਪਟੀ ਕਮਿਸ਼ਨਰ SSP ਸਾਹਿਬ ਨਾਲ ਮੀਟਿੰਗਸ ਕਰ ਕਰਕੇ ਸਾਰਾ ਐਡਮਿਨਿਸਟ੍ਰੇਟਿਵ ਪ੍ਰਬੰਧ ਕੀਤੇ ਜਿੰਨੇ ਹੈਗੇ ਆ ਲੇਕਿਨ ਇਹ ਕੁਦਰਤੀ ਆਫਤਾਂ ਹੁੰਦੀਆਂ ਨੈਚੁਰਲ ਕਲੈਮਿਟੀਜ਼ ਹੈ ਇਹ ਕੁਦਰਤ ਦੇ ਹੱਥ ਦੇ ਵਿੱਚ ਹੁੰਦਾ ਕਈ ਵਾਰ ਕੁਦਰਤ ਤੋਂ ਬਾਹਰ ਵੀ ਬੰਦਾ ਨਹੀਂ ਜਾ ਸਕਦਾ ਹੈਗਾ ਪਾਣੀ ਜਦੋਂ ਹਿਮਾਚਲ ਤੋਂ ਸਾਰੇ ਬੰਨੋਂ ਜਿਹੜਾ ਸੀਗਾ ਉਹਦਾ ਵਹਾਅ ਜ਼ਿਆਦਾ ਹੋਇਆ ਤਾਂ ਓਵਰਫਲੋ ਹੁਣ ਕਿੰਨੇ ਕੁ ਪਿੰਡ ਪ੍ਰਭਾਵਿਤ ਹੋਏ ਨੇ ਆਕਲਨ ਕੀ ਹੈ ਤੁਹਾਡਾ ਅਤੇ ਕੀ ਉਹਨਾਂ ਨੂੰ ਰਾਹਤ ਦੇਣ ਜਾ ਰਿਹਾ ਅਪਰੋਕਸੀਮੇਟਲੀ 15-20 ਪਿੰਡ ਜੋ ਸਾਡੀ ਅਸੈਸਮੈਂਟ ਹੈ ਕਿ ਉਹਨਾਂ ਦੇ ਵਿੱਚ ਕੁਛ ਪਿੰਡ ਜ਼ਿਆਦਾ ਹੈ ਕਿਸੇ 'ਚ ਘੱਟ ਵੀ ਇੱਕੋ ਜਿਹਾ ਬੰਦ ਲਾ ਕੇ ਪਿੰਡ ਬਿਲਕੁਲ ਸੇਫ ਹੈਗਾ ਉੱਚੀ ਜਗ੍ਹਾ 'ਤੇ ਹੈਗੇ ਆ ਕੁਛ ਨੀਵੀਂ ਜਗ੍ਹਾ 'ਤੇ ਪ੍ਰਭਾਵਿਤ ਪਿੰਡ ਹੈਗੇ ਇੱਕ ਨੌਜਵਾਨ ਦੀ ਮੌਤ ਦਾ ਵੀ ਮਾਮਲਾ ਸਾਹਮਣੇ ਆਇਆ ਕੁਛ ਵੀ SSP ਸਾਹਿਬ ਨੇ ਜਿਹੜੀਆਂ ਸਾਰੀਆਂ ਬੋਟਸ ਵਗੈਰਾ ਜਿਹੜੀਆਂ ਉੱਥੇ ਲਾਇਆ ਹੈਗਾ ਆਪਣਾ ਸਾਰਾ ਦੇਖੋ ਤੁਸੀਂ ਉੱਥੇ ਜਿਹੜਾ ਸਾਡਾ ਆਪਰੇਸ਼ਨ ਚੱਲ ਰਿਹਾ ਹੈਗਾ ਅਸੀਂ ਇਹਨੂੰ ਜਿਹੜਾ ਕਰ ਰਹੇ ਹੈਗੇ ਹੁਣ ਕੀ ਸਥਿਤੀ ਹੈ ਮੌਕੇ ਦੀ ਸੰਤ ਸੀਚੇਵਾਲ ਵੱਲੋਂ ਕੀ ਪ੍ਰਯਾਸ ਕੀਤੇ ਕੰਟਰੋਲਡ ਹੈ ਅਸੀਂ ਸਾਰਾ ਜਿਹੜਾ ਸੰਗਤਾਂ ਸੰਤ ਬਲਵੀਰ ਸਿੰਘ ਜੀ ਉਹ ਸਾਡੇ ਮੈਂਬਰ ਰਾਜਿਆ ਸਭਾ ਹੈ ਉਹ ਆਪ ਲੱਗੇ ਹੋਏ ਸੇਵਾਦਾਰ ਉਸ ਨਾਲ ਪਿੰਡਾਂ ਦੇ ਲੋਕ ਵੀ ਸੰਗਤਾਂ ਲੱਗੀਆਂ ਹੋਈਆਂ ਸੇਵਾਦਾਰ ਵੀ ਲੋਕ ਲੱਗੇ ਆਪਣੇ ਟਿੱਪਰ ਲਿਆ ਕੇ ਜਿਹੜੀ ਲਿਆ ਕੇ ਅਸੀਂ ਮਿੱਟੀ ਸੁੱਟ ਰਹੇ ਹਾਂ ਮਿੱਟੀ ਨਾਲ ਸਾਡਾ ਫਸਟ ਓਵਰ ਫਸਟ ਸਾਡੀ ਪ੍ਰੈਫਰੈਂਸ ਇਹ ਹੈਗੀ ਹੈ ਕਿ ਅਸੀਂ ਜਿਹੜਾ ਇਹ ਸਿਰਾ ਬੰਨ ਜਿਹੜਾ ਟੁੱਟਣ ਜਾ ਰਿਹਾ ਹੈ ਜਾਂ ਟੁੱਟ ਰਿਹਾ ਉਹਨੂੰ ਵੱਧ ਰਿਹਾ ਹੈਗਾ ਉਹਨੂੰ ਅਸੀਂ ਕੰਟਰੋਲ ਕਰਨਾ ਬੰਦ ਕਰਨਾ ਤਾਂ ਕਿ ਲੋਕਾਂ ਦਾ ਸਰਕਾਰ ਵੱਲੋਂ ਕਿੰਨੇ ਕੁ ਇੱਥੇ ਪਹੁੰਚ ਰਿਹਾ ਕੋਈ ਜਾਂ ਫੌਜ ਜਾਂ ਸਰਕਾਰ ਦੇ ਬੰਦੇ ਸਾਰੇ ਐਡਮਿਨਿਸਟ੍ਰੇਟਿਵ ਕੈਬਨ ਮੰਤਰੀ ਹੈਗਾ ਸਾਡੇ ਸਾਡੇ ਸਾਰੇ ਵਰਕਰ ਦੋ ਤਿੰਨ ਘੰਟੇ ਦੋ ਤਿੰਨ ਘੰਟੇ ਆਰਮੀ ਵੀ ਅਲਰਟ ਹੈ ਐਂਡ ਅਸੀਂ ਨੈਸ਼ਨਲ ਡਿਜ਼ਾਸਟਰ ਟੀਮ ਮੰਗਾਈ ਹੈ ਜਿਹੜੀ ਪੂਰੇ ਦੇਸ਼ ਦੀ ਹੁੰਦੀ ਹੈ ਉਹ ਅਸੀਂ ਬਠਿੰਡੇ ਤੋਂ ਸਪੈਸ਼ਲ ਮੰਗਾਈ ਮੈਂ ਆਹ ਮੰਗਾਈ ਹੈਗੀ ਹੈ ਔਰ ਪੂਰੇ ਸਰਕਾਰ ਵੱਲੋਂ ਬੰਦੋਬਸਤ ਕੀਤੇ ਆ ਔਰ ਸਾਹਿਬ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਆਪ ਇਸ ਗੱਲ ਨੂੰ ਦੇਖ ਰਹੇ ਆ ਔਰ ਮੈਂ ਰਾਤ 3 ਵਜੇ ਗਿਆ ਹੈਗਾ ਸਾਰੀ ਸੰਗਤ ਅਸੀਂ ਸਾਰੇ ਇੱਥੇ ਲੱਗ ਰਹੇ ਹਾਂ ਔਰ ਜਦੋਂ ਸਾਡੀਆਂ ਬਾਹਾਂ ਖੜੀਆਂ ਹੋਈਆਂ ਫਿਰ ਅਸੀਂ ਤੋਂ ਕਿਹਾ ਵੀ ਸਾਡੇ ਹੁਣ ਬੱਸ ਨਹੀਂ ਰਿਹਾ ਕਿਉਂਕਿ ਜ਼ਿਆਦਾ ਸੀਗਾ ਉਹ ਪਾਣੀ ਦੇਖੋ ਬੇਟੇ ਨੈਚੁਰਲ ਕਲੈਮਿਟੀਜ਼ ਹੈ ਕੁਦਰਤੀ ਆਫਤ ਹੈ ਇਸ ਦੇ ਵਿੱਚ ਅੰਦਰ ਜਿਹੜਾ ਕਈ ਵਾਰ ਸਾਡੇ ਬੱਸ ਦੀ ਗੱਲ ਵੀ ਨਹੀਂ ਰਹਿੰਦੀ ਹੈਗੀ ਸੋ ਆਹ ਹੈ ਹਾਲਾਤ।